ਮੈਂ ਤਾਂ ਸੋਚਿਆ ਮੈਂ ਤਾਂ ਜਿੰਨੀ ਐਰਗੀ ਇਹਦੀ ਹਫਾਜ਼ਤ ਕੀਤੀ ਹੈ ਨਾ ਯਕੀਨ ਹਾਂਜੀ ਹਾਂਜੀ ਕਿਉਂਕਿ ਪਿਛਲੀ ਦਫਾ ਚੋਰੀ ਇੰਨਾ ਹੋ ਗਿਆ ਕੰਮ ਵੀ ਪਿੰਡਾਂ ਦੇ ਪਿੰਡ ਹੀ ਰੱਜ ਗਏ ਨੇ ਲਿਜਾ ਕੇ ਤੁਸੀਂ ਬੰਦਾ ਰੱਖੋ ਨਾ ਇੱਥੇ ਬੰਦਾ ਰੱਖਿਆ ਆ ਬੰਦਾ ਜਿਹੜਾ ਨਾ ਮਰਜ਼ੀ ਦਾ ਮਾਲਕ ਆ ਹਾਂਜੀ ਆਹ ਵੇਖੋ ਹੁਣ ਇੱਕ ਤਾਂ ਤੰਗ ਬਹੁਤ ਕਰਦਾ ਆ ਆਹ ਵੇਖੋ ਕੱਦੂ ਅੱਲਾ ਖੈਰ ਰੱਖੇ ਲੱਗਣੇ ਸ਼ੁਰੂ ਹੋ ਗਏ ਆ ਹਾਂ ਹਾਂ ਮਹੀਨੇ ਤੱਕ ਇਹ ਵੀ ਨਿਕਲ ਆਉਣਾ ਤੇ ਇਹ ਵੀ ਅੱਲਾ ਖੈਰ ਰੱਖੇ ਬਸ 15 20 ਦਿਨ ਹੋਰ ਆ ਗੱਡੀ ਮੈਂ ਲੈ ਲਈ ਆ ਲੈ ਲੈ ਡਾਲਾ ਹਾਂ ਬਸ ਇਹ ਸਾਰਿਆਂ ਨਾਲੋਂ ਚੰਗਾ ਕਿ ਮੰਡੀ ਆਪਣੀ ਗੱਡੀ ਜਾਵੇ ਤੇ ਆਪਣੀ ਗੱਲ ਇੱਕ ਤੇ ਉਹਦਾ ਇੰਤਜ਼ਾਰ ਕਰੀ ਜੋ ਕਿ ਨਖਰੇ ਬਹੁਤ ਕਰਦਾ ਹਾਂ ਉਤੋਂ ਜਿਹੜੇ ਕੋਈ ਪੈਸੇ ਚਾਰ ਬਚਣੇ ਹੁੰਦੇ ਆ ਨਾ ਹਾਂ ਉਹੀ ਪੈਸੇ ਡਾਲੇ ਨੂੰ ਦੇਣੇ ਪੈ ਜਾਂਦੇ ਆ ਆਹ ਪਰਲੇ ਪਾਸੇ ਗੋਭੀ ਆ ਆ ਮੂਲੀ ਆ ਹਾਂ ਤੇ ਦੋਨੀ ਮਾਸ਼ਾਅੱਲਾ ਠੀਕ ਆ ਗਈਆਂ ਐਸੀ ਪਤਾ ਹੀ ਕਰਨਾ ਆ ਮੈਂ ਗੱਡੀ ਜਿਹੜੀ ਹੈ ਨਾ ਹਾਂਜੀ ਮੈਂ ਆ ਡਾਲਾ ਲੈ ਲਿਆ ਨਾ ਚੰਗਾ ਕੀਤਾ ਹਾਂ ਵਾਲੇਕੁਮ ਸਲਾਮ ਜੀ ਕੀ ਹਾਲ ਭਾਜੀ ਕੀ ਹਾਲ ਚਾਲ ਜੀ ਕੀ ਹਾਲ ਸੁਣੀ ਹੋਰ ਸੁਣਾਓ ਜੀ ਬਿਸਮਿਲ੍ਲਾ ਜੀ ਤੇ ਮਹੀਨੇ ਡੇਢ ਮਹੀਨੇ ਤੱਕ ਆਪਣਾ ਇਨਸ਼ਾਅੱਲਾ ਇਨਸ਼ਾਅੱਲਾ ਆ ਕੱਦੂ ਵੀ ਤਿਆਰ ਆ ਹੋਰ ਵੀਆਂ ਦਿਨਾਂ ਤੱਕ ਇਨਸ਼ਾਅੱਲਾ ਨਹੀਂ ਦੋਨੀ ਬਰਾਬਰ ਆਵੇ ਇੰਨਾ ਸ਼ੁਕਰ ਆ ਵੀ ਇਹ ਵੀ ਲਾ ਲਿਆ ਕਰਾਂਗੇ ਇੱਕ ਦਿਨ ਚੋ ਵੀ ਲਾ ਲਿਆ ਕਰਾਂਗੇ ਹਾਂ ਠੀਕ ਆ 1 ਮਿੰਟ ਟਾਈਮ ਮਿਲੇਗਾ ਜੀ ਬਿਸਮਿਲ੍ਲਾ ਇਹ ਤਾਂ ਕਰਾਚੀ ਨੂੰ ਕਿਹੜਾ ਰਾਹ ਜਾਂਦਾ ਜੀ ਹਾਂਜੀ ਕਰਾਚੀ ਇੱਥੋਂ ਹਾਂਜੀ ਇੱਥੋਂ ਕਿਹੜਾ ਕਰਾਚੀ ਨੂੰ ਜਾਂਦਾ ਰਾਹ ਮੈਨੇ ਕਰਾਚੀ ਜਾਣਾ ਤੇ ਉਹਦੇ ਵਾਸਤੇ ਮੈਨੂੰ ਰਾਹ ਦੱਸੋ ਕਿੱਧਰ ਨੂੰ ਜਾਂਦਾ ਰਾਹ ਤੋਂ ਮੈਂ ਕਿੱਧਰ ਹੋ ਜਾਵਾਂ ਇਧਰੋਂ ਭਾਈ ਨੇ ਇਹ ਤਾਂ ਤੁਸੀਂ ਗਲਤ ਜਗ੍ਹਾ ਤੇ ਆਏ ਆ ਇਧਰੋਂ ਤੁਸੀਂ ਕਰਾਚੀ ਕਿਹੜਾ ਤੁਸੀਂ ਆ ਮੇਨ ਰੋਡ ਤੇ ਚੜੋ ਬਾਹਰ ਨਿਕਲੋ ਤੇ ਉਥੋਂ ਗੱਡੀਆਂ ਗੁੱਡੀਆਂ ਜਾਂਦੀਆਂ ਵਾ ਕਰਾਚੀ ਇਧਰ ਨੂੰ ਕਿਧਰ ਨੂੰ ਫਸਲਾਂ ਚ ਤੁਹਾਨੂੰ ਭੇਜਦੀ ਆ ਵੀ ਆ ਕਮਾਦ ਵੜ ਕੇ ਤੇ ਅੱਗੋਂ ਕਿਆ ਬਾਤ ਹੈ ਤੁਸੀਂ ਮੇਨ ਕਿਤੇ ਰੋਡ ਤੇ ਨਿਕਲੋ ਜਿੱਦਾਂ ਸਰਗੋਦਾ ਰੋਡ ਆ ਸਮੁੰਦਰੀ ਰੋਡ ਆ ਪਹਿਲੇ ਸਰਗੋਦਾ ਜਾਓ ਉੱਥੋਂ ਬੱਸਾਂ ਮਿਲਦੀਆਂ ਸਰਗੋਦਾ ਬੱਸਾਂ ਉੱਥੋਂ ਨਹੀਂ ਮਿਲਦੀਆਂ ਰੋਡ ਤੇ ਜਾਓ ਰੋਡ ਤੇ ਫਿਰ ਪਤਾ ਉਹਨਾਂ ਨੂੰ ਲੱਗੇਗਾ ਵੀ ਤੁਸੀਂ ਕਿੱਧਰ ਜਾਣਾ ਮੈਂ ਇਸ ਰੋਡ ਤੇ ਚਲਾ ਜਾਵਾਂ ਮੈਨੂੰ ਪਤਾ ਇਸ ਰੋਡ ਤੇ ਕਿਹੜਾ ਕਰਾਚੀ ਨੂੰ ਜਾਂਦਾ ਭਾਜੀ ਦਾ ਇਹ ਤਾਂ ਪਿੰਡ ਹੈਗਾ ਆ ਘਰ ਆ ਸਾਡੇ ਸਾਰੇ ਆਲੇ ਦੁਆਲੇ ਜਿੰਨੇ ਵੀ ਇਹ ਨੂੰ ਚਲਾ ਜਾਵਾਂ ਕਰਾਚੀ ਇੱਧਰ ਤਾਂ ਫਸਲਾਂ ਆ ਫਿਰ ਕਰਾਚੀ ਕਿੱਧਰ ਹੈ ਕਰਾਚੀ ਤੁਸੀਂ ਪਹਿਲਾਂ ਮੇਨ ਰੋਡ ਤੇ ਜਾਓ ਮੇਨ ਰੋਡ ਕਿਹੜਾ ਮੇਨ ਰੋਡ ਜਿੱਦਾਂ ਹੁਣ ਸਮੁੰਦਰੀ ਰੋਡ ਆ ਸਮੁੰਦਰੀ ਲਾਰੀ ਅੱਡੇ ਚਲ ਜਾਓ ਹਾਂ ਲਾਰੀ ਅੱਡਾ ਕਿੱਥੇ ਆ ਲਾਰੀ ਅੱਡਾ ਡੈਬੋ ਚ ਜਾਣਾ ਨਹੀਂ ਨਹੀਂ ਅੱਛਾ ਨਹੀਂ ਪੈਦਲ ਜਾਣਾ ਪੈਦਲ ਪੈਦਲ ਕਰ ਜਾਣਾ ਕੀ ਗੱਲ ਆ ਭਾਜੀ ਤੁਸੀਂ ਦਰਬਾਰ ਦੀ ਚੱਦਰ ਨਾਲ ਜਾਣਾ ਆ ਵੀ ਪੈਦਲ ਜਾਣਾ ਤੁਸੀਂ ਨਹੀਂ ਵੈਸੇ ਹੀ ਉਹ ਜਾਂ ਜਨਾਜ਼ਾ ਲੈ ਕੇ ਜਾਣਾ ਵੀ ਪੈਦਲ ਤੁਸੀਂ ਜਾਣਾ ਆ ਕਿਸੇ ਚੀਜ਼ 'ਚ ਨਹੀਂ ਬਹਿ ਸਕਦੇ ਨਹੀਂ ਨਹੀਂ ਵੈਸੇ ਹੀ ਬਸ ਮੈਂ ਆਇਆ ਵੈਸੇ ਦਾ ਮਕਸਦ ਕੀ ਪੈਦਲ ਕਿੱਦਾਂ ਚਲ ਜਾਓਗੇ ਤੁਸੀਂ 1200 ਕਿਲੋਮੀਟਰ ਹੈ ਸਾਰਾ ਹਾਂਜੀ 1200 ਕਿਲੋਮੀਟਰ 1300 ਕਿਲੋਮੀਟਰ ਬਸ ਭਾਜੀ ਜਾਂ ਤਾਂ ਅਸੀਂ ਪਾਗਲ ਆ ਜਾਂ ਤੁਸੀਂ ਪਾਗਲ ਹੋ ਕਰਾਚੀ ਕਿੱਦਾਂ ਪਾ ਤੁਸੀਂ ਚਲ ਜਾਓਗੇ ਕਰਾਚੀ ਤੇ ਬੰਦਾ ਗੱਡੀ ਦੇ ਇੱਥੋਂ ਬਹਿ ਜਾਓ ਜਦੋਂ ਕਰਾਚੀ ਜਾਂਦਾ ਤਾਂ 6 ਵੱਜ ਜਾਂਦੀ ਬੰਦੇ ਦੀ ਉੱਥੇ ਜਾ ਕੇ ਉਹ ਭਾਜੀ ਪੈਦਲ ਜਾਣ ਵਾਲਾ ਰਸਤਾ ਨਹੀਂ ਕਰਾਚੀ ਜਾਣਾ ਤੁਸੀਂ ਇਹ ਤਾਂ ਤੁਸੀਂ ਕਹਿੰਦੇ ਮੈਂ ਪੈਦਲ ਜਾਣਾ ਹਾਂਜੀ ਹਾਂਜੀ ਆਏ ਕਿੱਥੋਂ ਆ ਤੁਸੀਂ ਮੈਂ ਕਰਾਚੀ ਵੀ ਆਇਆ ਜੀ ਕਰਾਚੀ ਤੋਂ ਆਏ ਕਿੱਦਾਂ ਆਇਆ ਮੈਂ ਪੈਦਲ ਆਇਆ ਜੀ ਪੈਦਲ ਹੀ ਆਏ ਹਾਂਜੀ ਹਾਂਜੀ ਤੇ ਜਿੱਧਰੋਂ ਜਿੱਧਰੋਂ ਦੀ ਆਏ ਆ ਭਾਜੀ ਨਿਕਲ ਜੇ ਸਾਡਾ ਪਹੁੰਚੇ ਹੋ ਮੈਂ ਪਹੁੰਚ ਗਿਆ ਸੀਗਾ ਕੋਈ ਮੇਰੇ ਖਲ 3.5 ਘੰਟੇ 'ਚ ਤੁਸੀਂ ਸੁੱਤੇ ਉੱਠੇ ਹੋਣੇ ਆ ਤੇ ਫੈਸਲਾਬਾਦ ਆ ਗਿਆ ਆ ਤੁਸੀਂ ਹੁਣ ਜਾਗ ਗਏ ਹੋ ਤੇ ਤੁਸੀਂ ਹੁਣ ਕਰਾਚੀ ਚੱਲੇ ਹੋ ਬਸ ਇੰਨਾ ਕੰਮ ਹੈ ਕਿਹੜਾ ਸ਼ਹਿਰ ਹੈ ਜੀ ਇਹ ਫੈਸਲਾਬਾਦ ਆ ਇਹ ਫੈਸਲਾਬਾਦ ਆ ਭਾਜੀ ਇਹਨੂੰ ਕਹਿੰਦੇ ਆ ਕੱਕੂਆਣਾ ਕੱਕੂਆਣਾ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਇਹ ਕੱਕੂਆਣੇ ਖੜੇ ਆ ਤੁਸੀਂ ਤੇ ਤੁਹਾਨੂੰ ਕੀ ਕਹਿੰਦੇ ਜੀ ਸਾਨੂੰ ਕੱਕੂਆਣਾ ਭਾਜੀ ਇਹ ਸਟੇਸ਼ਨ ਦਾ ਪਿੰਡ ਦਾ ਨਾਂ ਆ ਸਾਡੇ ਦਾ ਕੱਕੂਆਣਾ ਇਹਨਾਂ ਨੂੰ ਭਾਜੀ ਤਸਲੀਮ ਅਬਾਸ ਕਹਿੰਦੇ ਆ ਇਹਨਾਂ ਦਾ ਨਾਂ ਹਾਂਜੀ ਕੀ ਕਰਦੇ ਆ ਤੁਸੀਂ ਹੈ ਕੀ ਕਰਦੇ ਆ ਇਹ ਚੋਰੀਆਂ ਕਰਦੇ ਆ ਜੀ ਉਹ ਭਾਈ ਤੈਨੂੰ ਦੱਸਣ ਤੇ ਆ ਭਾਜੀ ਇਹ ਫਸਲਾਂ ਸਾਡੀਆਂ ਹੀ ਆ ਮੂਲੀ ਲੱਗੀ ਆ ਤੇ ਗੋਭੀ ਆ ਉਧਰ 3-4 ਫਸਲਾਂ ਹੋਰ ਆ ਠੀਕ ਆ ਕਿ ਨਹੀਂ ਕਿਹਦੀਆਂ ਨੇ ਇਹ ਆਪਣੀਆਂ ਐ ਵੀ ਆਪਣੀਆਂ ਆ ਭਰਾ ਆ ਆਪਣੇ ਜੇ ਦੋਸਤ ਵੀ ਇਹਨਾਂ ਦੀ ਐ ਫਸਲਾਂ ਆ ਸਾਡੀ ਇਕੱਠਾ ਹੀ ਕੰਮ ਹੈਗਾ ਕਮਾਦ ਵੀ ਆਪਣਾ ਆ ਉਹ ਪਰਲੇ ਪਾਸੇ ਸਾਗ ਬਾਥੂ ਇਹ ਵੋ ਸਾਰਾ ਆਪਣਾ ਲੱਗਾ ਹੈ ਸਬਜ਼ੀ ਦਾ ਕੰਮ ਆ ਸਬਜ਼ੀ ਦਾ ਕੰਮ ਹਾਂ ਅਸੀਂ ਇੱਥੋਂ ਲਦਾਈ ਦਾ ਮੰਡੀ ਲੈ ਕੇ ਜਾਈਦਾ ਜ਼ਿਮੀਦਾਰ ਹਾਂਜੀ ਬਸ ਜ਼ਿਮੀਦਾਰਾਂ ਦੇ ਬੱਚੇ ਹੀ ਆ ਵੈਸੇ ਅਸੀਂ ਕੰਮ ਸ਼ਹਿਰ ਵੀ ਕਰੀਦਾ ਜਿਹੜਾ ਵੀ ਲੱਭ ਜਾਵੇ ਤੇ ਕਿੱਧਰ ਨੂੰ ਰਾਹ ਜਾਂਦਾ ਜੀ ਭਾਜੀ ਤੁਸੀਂ ਇੱਧਰ ਬਾਹਰ ਨੂੰ ਜਾਓ ਜਿਹੜਾ ਵਾਲਾ ਰੋਡ ਤੇ ਚਲੋ ਬਾਹਰਲੇ ਮੁਲਕ ਉਹ ਇਹਦਾ ਧੁੱਪੇ ਫਿਰ ਫਿਰ ਕੇ ਦਿਮਾਗ ਪਾਗਲ ਹੋਇਆ ਇਹਨੂੰ ਉੱਥੇ ਕਿਤੇ ਛਾਵੇਂ ਭਾਓ ਇਹਦਾ ਕੋਈ ਪਤਾ ਲੱਗੇ ਹੱਦ ਹੋ ਗਈ ਹੈ ਫਰੀ ਨਾ ਭਾਈ ਤੇਰੇ ਤੇ ਘੜੀ ਵੀ ਤੂੰ ਇੰਜ ਬੰਨੀ ਆ ਕਿ ਜਿਵੇਂ ਛੱਡ ਦੇ ਗੱਲਾਂ ਯਾਰ ਤੂੰ ਕਿਹੜੇ ਕੰਮ ਦੱਸਣ ਨੇ ਆ ਕਿ ਕਰਾਚੀ ਨੂੰ ਰਾਹ ਕਿਹੜਾ ਜਾਂਦਾ ਸਾਡਾ ਤੇ ਇਹ ਗੱਲ ਹੀ ਨਹੀਂ ਯਾਰ ਇਹਨਾਂ ਮੈਂ ਹੈਰਾਨ ਆ 3.5 ਘੰਟੇ ਚ ਕਹਿੰਦਾ ਮੈਂ ਕਰਾਚੀ ਇੱਥੇ ਕਰਾਚੀ ਇੱਥੇ ਆ ਗਿਆ ਤੇਰਾ ਨਾਂ ਕੋਈ ਗੱਲਾਂ ਰਹਿਮ ਕਰੇ ਕੀ ਡੈਵੋ ਆ ਤੂੰ ਡੈਵੋ ਵੀ ਇੰਨੀ ਜਲਦੀ ਨਹੀਂ ਆਉਂਦੀ ਯਾਰ ਕਿੰਨਾ ਘੰਟਿਆਂ ਚ ਤੁਸੀਂ ਕਦੀ ਗਏ ਕਰਾਚੀ ਚ ਕਰਾਚੀ ਉੱਥੇ ਕੀ ਮੈਂ ਹੀ ਕਰ ਜਾਣਾ ਮੇਰੇ ਤਾਏ ਦੀ ਲਾਸ਼ ਆਉਣੀ ਹੈ ਉੱਥੇ ਵੀ ਬਾਹਰੋਂ ਲਾਸ਼ ਆਉਣੀ ਏਅਰਪੋਰਟ ਤੋਂ ਮੈਂ ਲੈਣ ਜਾਣੀ ਹੈ
ਮੇਰਾ ਕਰਾਚੀ ਕੀ ਕੰਮ ਆ? ਉਹ ਭਾਜੀ ਤੁਸੀਂ ਰਸਤਾ ਭੁੱਲ ਗਏ ਹੋ, ਯਾਦ ਕਰੋ ਜ਼ਰਾ। ਆ ਜਿਹੜਾ ਟਰੱਕ ਆ ਰਿਹਾ ਇਹ ਜਾਏਗਾ ਕਰਾਚੀ? ਹੈ ਆ ਟਰੱਕ, ਟਰੱਕ ਚੱਲ ਜਾਏਗਾ, ਪੁੱਛ ਲਾ ਉਹਨੂੰ, ਜਾਂ ਦੱਸ ਕੇ ਜਾ ਉਹਨੂੰ ਪੁੱਛ ਕਰਾਚੀ ਜਾਏਗਾ। ਇਹ ਪਿੰਡੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ, ਤੈਨੂੰ ਪਤਾ ਨਹੀਂ ਵੀ ਉਹ ਵੀ ਕਿੱਦਾਂ ਲੈ ਕੇ ਆਉਣ ਡਿਆ, ਇਹਨੇ ਇੱਥੋਂ ਜੀ ਜੇ 3 ਘੰਟੇ ਬਾਅਦ ਬਾਹਰ ਹੀ ਨਿਕਲੇ, ਕਰਾਚੀ ਦੇ ਕਿੱਦਾਂ ਲੈ ਜਾਏਗਾ? ਤੁਹਾਡਾ ਟਰੱਕ ਨਹੀਂ, ਸਾਡਾ ਨਹੀਂ ਹੈਗਾ, ਲੋਹੇ ਦਾ ਆਇਆ ਹੈ, ਟਰੱਕ ਸਾਡਾ ਹੈ। ਚੱਲ ਆ ਯਾਰ, ਕਿੱਧਰ ਨੂੰ ਜਾਂਦਾ ਰਾਹ ਜੀ ਕਰਾਚੀ ਦਾ? ਉਹ ਯਾਰ ਇੱਥੋਂ ਬਾਹਰ ਨਿਕਲ ਭਾਈ, ਉੱਥੋਂ ਜੜਾਂ ਵਾਲੇ ਰੋਡ 'ਤੇ, ਉੱਥੋਂ ਜਾ ਕੇ ਰਕਸ਼ਾ ਰੁਕਸ਼ਾ ਕੋਈ ਚੀਜ਼ ਚੂਜ਼ ਲੈ ਕੇ ਨਾ, ਠੀਕ ਹੈ ਕਿ ਨਹੀਂ, ਡੈਵੋ ਦੇ ਅੱਡੇ 'ਤੇ ਜਾ। ਜੇ ਡੈਵੋ ਦੇ ਅੱਡੇ 'ਤੇ ਨਹੀਂ ਜਾਣਾ ਤਾਂ ਤੂੰ ਸਟੇਸ਼ਨ 'ਤੇ ਚੱਲ ਜਾ, ਜਾਂ ਲਾਰੀ ਅੱਡੇ ਚਲੇ ਜਾ। ਅਤੇ ਰਕਸ਼ੇ ਵਾਲਾ ਪੈਸੇ ਲਏਗਾ? ਨਹੀਂ, ਰਕਸ਼ੇ ਵਾਲਾ ਤਾਂ ਕੋਈ ਪੈਸੇ ਨਹੀਂ ਲਏਗਾ। ਹਾਂ, ਤੇਰੀ ਖੱਬੀ ਬਾਂਹ ਲਾਏਗਾ ਨਾਲੋਂ। ਮੇਰਾ ਛੋਟਾ ਬੱਚਾ ਆ, ਤੂੰ ਨਿਕਾ ਜਿਹਾ, ਵੀ ਤੂੰ ਤੀਸਰੀ ਪੜ੍ਹਦਾ, ਮੈਂ ਤੈਨੂੰ ਪੈਸੇ ਦੇਣੇ ਤੇਰੇ ਕੋਲ ਹੋਣੇ ਆ, ਮੈਨੂੰ ਤਾਂ ਪਤਾ ਹੀ ਨਹੀਂ ਤੂੰ ਹੈ ਕੌਣ। ਬੈਗ ਤੂੰ ਇੰਜ ਬੰਨਿਆ ਵੀ ਜਿਵੇਂ ਅੱਧਾ ਸ਼ਹਿਰ ਤੂੰ ਮੁੱਲ ਲੈਣ ਆਇਆ। ਰੋਟੀ ਪਾਣੀ ਇੱਥੇ ਲੱਭ ਜਾਂਦਾ ਕਿਤੇ? ਕਿਉਂ ਰੋਟੀ ਪਾਣੀ ਤੈਨੂੰ ਕਿਉਂ ਦਈਏ? ਕੀ ਗੱਲ, ਸਾਡੀਆਂ ਫਸਲਾਂ ਦਾ ਧਿਆਨ ਰੱਖਦਾ ਤੂੰ? ਉੱਤਾ ਆਇਆ ਸਾਡਾ ਵੀ ਤੈਨੂੰ ਉੱਥੇ ਬੰਨਿਆ ਸੀ, ਹੁਣ ਤੈਨੂੰ ਆ ਕੇ ਰੋਟੀ ਪਾਈਏ। ਸਹੀ ਹੈ। ਅਤੇ ਕਿੱਧਰ ਨੂੰ ਜਾਣਾ ਮੈਂ ਹੁਣ ਇੱਥੋਂ? ਹਾਂਜੀ, ਕਰਾਚੀ ਨੂੰ? ਤੇਰਾ ਨਹੀਂ ਪਤਾ, ਅਸੀਂ ਐਨੂੰ ਜਾਣਾ, ਜਾ ਤੇਰਾ ਭਲਾ ਹੋਵੇ। ਯਾਰ ਤੂੰ ਰਸਤਾ ਜਾ ਕੇ ਪੁੱਛ ਲਾ ਮੇਰਾ ਵੀਰ ਜਾ। ਇੱਕ ਮਿੰਟ ਗੱਲ ਤਾਂ ਸੁਣੋ। ਚੱਲ ਆ ਯਾਰ, ਗੱਲ ਤਾਂ ਸੁਣੋ। ਤੁਸੀਂ ਮੈਨੂੰ ਚੰਗੇ ਬੰਦੇ ਲੱਗ ਰਹੇ ਹੋ, ਇਹ ਬੰਦਾ ਨਹੀਂ ਠੀਕ ਲੱਗ ਰਿਹਾ ਮੈਨੂੰ ਕੋਈ। ਉਹ ਯਾਰ ਠੀਕ ਆ, ਅਸੀਂ 5 ਸਾਲਾਂ ਤੋਂ ਕੰਮ ਇਕੱਠੇ ਕਰਨ ਡਏ ਆ ਭਰਾਵਾ। ਇਹ ਬੰਦਾ ਮੈਨੂੰ ਗੰਜਾ ਟਾਈਪ ਜਿਹੜਾ ਹੈ, ਗੰਜਾ ਕਿੱਦਾਂ ਹੋਇਆ? ਇਹ ਗੰਜਾ ਇਸ ਤਰ੍ਹਾਂ ਹੋਇਆ ਜੀ, ਇਹ ਪਹਿਲੇ CNG ਰਕਸ਼ਾ ਚਲਾਉਂਦਾ ਸੀ, CNG ਮਹਿੰਗੀ ਹੋਈ ਹੈ, ਇਹ ਜਲੂਸ ਚ ਖਲੋ ਗਿਆ, ਆਪਣੇ ਵਾਲ ਪੁੱਟਦਾ ਰਿਹਾ। ਉਹ ਭਾਈ ਕੀ ਹੋ ਗਿਆ ਤੈਨੂੰ, ਬੰਦਾ ਹੀ ਆ, ਬੰਦੇ ਗੰਜੇ ਹੁੰਦੇ ਨਹੀਂ। ਲੇਕਿਨ ਆਦਮੀ ਠੀਕ ਨਹੀਂ ਲੱਗ ਰਿਹਾ। ਉਹ ਕੀ ਕਹਿੰਦਾ ਆ? ਇੱਕ ਮਿੰਟ ਠਹਿਰੋ, ਕੀ ਗੱਲ ਆ ਭਾਈ? ਕੌਣ ਹੈ ਵੀ ਜਿਹੜਾ ਗਿੱਠਾ ਜਿਹਾ? ਹੈ ਗਿੱਠਾ ਜਿਹਾ ਜਿਹੜਾ ਤੁਹਾਡੇ ਨਾਲ ਬੰਦਾ ਕੌਣ ਹੈ? ਇਹ ਆਪਣਾ ਦੋਸਤ ਆ ਯਾਰ, ਗਿੱਠਾ ਜਿਹਾ ਹੀ ਹੈ। ਹਾਂ ਬਸ ਗਿੱਠਾ ਨਹੀਂ ਸੀ ਹੋਣਾ ਜਦੋਂ ਹੋਇਆ ਨਾ, ਨਿਕਾ ਜਾ ਸੀ ਇਹਦੇ ਉੱਤੇ ਨਾ, ਕੋਈ ਪੇਟੀ ਪੂਟੀ ਡਿੱਗ ਪਈ ਸੀ। ਅੱਛਾ ਅੱਛਾ, ਉਹਦੀ ਵਜ੍ਹਾ ਤੋਂ ਇਹਦਾ ਕੱਦ ਉੱਡਾ ਕੇ ਰਹਿ ਗਿਆ। ਹੁਣ ਕੀ ਕਹਿਣ ਡਿਆ? ਮੈਂ ਆਪਣੀ ਗੱਲ ਕਰਦਾ। ਹਾਂ ਤੇ ਕਿਹੜਾ ਰਾਹ ਜਾਂਦਾ ਜੀ ਕਰਾਚੀ ਨੂੰ ਭਲਾ? ਇੱਧਰ ਆ, ਸਿਰ ਤੇ ਚੜ ਜਾ ਭਾਈ। ਉਹ ਯਾਰ ਭਾਈ ਕਰਾਚੀ ਨੂੰ ਪਤਾ ਨਹੀਂ ਕਿਹੜਾ ਰਾਹ ਜਾਂਦਾ, ਤੈਨੂੰ ਦੱਸਣ ਤੇ ਡਿਆ। ਇੱਥੋਂ ਮੇਰਾ ਵੀਰ ਪੱਕੀ ਤੇ ਚੜ, ਇੱਥੋਂ ਸਿੱਧਾ ਜਾ। ਹੈ ਕਿਸੇ ਨੂੰ ਵੀ ਕਹਿ ਦੇ ਯਾਰ, ਕੋਈ ਗੱਡੀ ਵਾਲਾ ਜਾਂਦਾ ਹੋਵੇ, ਰਿਕਸ਼ੇ ਵਾਲੇ ਨੂੰ ਕਹੋ ਤੇਰਾ ਮੈਨੂੰ ਛੱਡ ਆਵੇ। ਤੈਨੂੰ ਕੀ ਗੱਲ, ਇੱਥੇ ਕੜੀ ਲੱਗੀ ਆ ਕਿ ਬੇੜੀ ਲਾਈ ਆ? ਉੱਥੇ ਜਾ ਕੇ ਜਾ ਉਹਨੂੰ ਰਕਸ਼ੇ ਵਾਲੇ ਆ ਉਰੇ ਆ, ਗੱਲ ਸੁਣ। ਓਏ ਉਹਨੇ ਕਿੱਥੇ ਜਾਣਾ ਜੀ, ਉਹ ਐਨੂੰ ਜਾਣ ਡਿਆ, ਇਹਨੂੰ ਐਨੂੰ ਜਾਣਾ ਇਹਨੇ। ਤੂੰ ਇੱਦਾਂ ਕਰ, ਪੈਦਲ ਹੋ ਜਾ ਕਰਾਚੀ ਅੱਗੇ। ਪੈਦਲ ਹੋਇਆ? ਪੈਦਲ ਹੀ ਆਇਆ ਮੈਂ। ਹੁਣ ਚੱਲ ਜਾ ਪੈਦਲ ਹੀ ਆ। ਤੇ ਆਪਾਂ ਇਕੱਠੇ ਨਾ ਚੱਲੀਏ? ਤਿੰਨੇ ਇਕੱਠੇ ਕਾਹਦੇ ਚੱਲੀਏ? ਕੀ ਗੱਲ, ਤੂੰ ਡਿੱਗ ਪੈਂਦਾ ਆ? ਨਹੀਂ ਮੈਨੂੰ ਉੱਥੇ ਛੱਡ ਕੇ ਤੁਸੀਂ ਵਾਪਸ ਆ ਜਾਣਾ। ਛੱਡ ਕੇ ਆਉਣਾ ਕੀ ਗੱਲ ਯਾਰ, ਤੂੰ ਅੱਲਾ ਰਹਿਮ ਕਰੇ। ਕਿੱਥੇ ਛੱਡ ਕੇ ਆਈਏ ਤੈਨੂੰ? ਤੂੰ ਸਾਡਾ ਭਤੀਜਾ, ਤੈਨੂੰ ਸਕੂਲ ਛੱਡਣ ਜਾਣਾ ਸੀ ਕਿ ਰਾਹ 'ਚ ਤੈਨੂੰ ਕੋਈ ਫੜ ਨਾ ਲਵੇ? ਨਹੀਂ ਛੱਡਣ ਕਿੱਥੇ ਜਾਣਾ? ਕਰਾਚੀ ਸਾਡੀ ਵੱਡੀ ਬਾਜੀ ਹੈ, ਤੂੰ ਵੱਡੀ ਭੈਣ ਆ, ਤੇ ਅਸੀਂ ਤੈਨੂੰ ਛੱਡ ਕੇ ਆਉਣਾ ਕਰਾਚੀ। ਨਹੀਂ ਜਿੱਲੇ ਮੈਂ ਉੱਥੇ ਆਪਣੇ ਘਰ ਬੂਹਾ ਅੰਦਰ ਵੜ ਜਾਗਾ, ਤੁਸੀਂ ਉੱਥੇ ਹੀ ਵਾਪਸ ਮੁੜ ਪੈਣਾ। ਨਹੀਂ ਲੈ, ਤੈਨੂੰ ਕੋਈ ਬੜਾ ਚੁੱਕ ਲੈਣਾ, ਔਰ ਕਿਸੇ ਨੇ ਵੀ ਤੂੰ ਨਿਕਾਹ ਜਿਹਾ ਲਿਆਉਣਾ ਆ, ਤੈਨੂੰ ਕਿਸੇ ਨੇ ਲੈ ਜਾਣਾ ਆ, ਅੰਦਰ ਵੜ ਜੂਗਾ ਕਰਾਚੀ, ਤੈਨੂੰ ਛੱਡਣ ਚੱਲੀਏ। ਚੱਲ ਆ। ਤੁਸੀਂ ਕਿੱਧਰ ਨੂੰ ਚੱਲੇ ਆ? ਓ ਯਾਰ ਅਸੀਂ ਆਪੇ ਆਪਣੇ ਜਿੰਦਰ ਨੂੰ ਚੱਲੇ ਅਸੀਂ, ਕੋਈ ਆਪਣਾ ਕੰਮ ਕਰਨ ਨਹੀਂ ਚੱਲੇ। ਮਾਲ ਲਵਾਉਣਾ ਆ ਅਸੀਂ। ਕਾਹਦਾ ਮਾਲ? ਗੱਡੀਆਂ ਆਉਣ ਵਾਲੀਆਂ ਆ। ਗੱਡੀਆਂ ਕਾਹਦੀਆਂ? ਓ ਯਾਰ ਅਸੀਂ ਮਾਲ ਉਧਰੋਂ ਚੁਕਾਉਣਾ ਆ, ਸਾਰਾ ਲਵਾਉਣਾ ਆ ਭਾਈ, ਮੁੰਡੇ ਲੱਗੇ ਆ। ਮੁੰਡੇ ਕਾਹਤੇ ਲੱਗੇ ਯਾਰ? ਉਧਰੋਂ ਮੂਲੀਆਂ ਲਾਉਣ ਡਏ ਮੁੰਡੇ। ਮੂਲੀਆਂ? ਆਹੋ। ਨਹੀਂ ਨਹੀਂ ਉਹ ਜਿਹੜੀ ਖਾਈ ਦੀਆਂ ਛਿਲ ਛਿਲ ਕੇ ਵੇਚਦੇ ਤੁਸੀਂ? ਯਾਰ ਚੱਲ ਆ। ਕਿਹੜਾ ਬੰਦਾ ਪੈ ਗਿਆ ਸਾਡੇ ਸਿਰ ਨੂੰ? ਨਹੀਂ ਮਤਲਬ ਕਿ ਰੇੜੀ ਰੇੜੀਆਂ ਨੇ ਆਪਣੀਆਂ। ਓ ਯਾਰ ਉਹਨੂੰ ਭੇਜ ਦੋ ਰੂਏ, ਉਹਨੂੰ ਗੱਲ ਉਹਨੂੰ ਨਾਲ ਲੱਗ ਜਾ। ਆਹੋ ਆ ਗੱਡੀ ਆ ਰਹੀ ਹੈ ਪਰਲੇ ਪਾਸੇ, ਸਾਰਾ ਲਦਾ ਦੇ ਸਾਰਾ ਮਾਲ। ਕਿੰਨੇ? ਆਹੋ ਕਿੰਨੇ ਦੀ ਇੱਕ ਮੂਲੀ ਵੇਚਦੇ ਜੀ? ਇਹਨੂੰ ਨਾਲ ਲੱਗ ਜਾ, ਇਹਨੂੰ ਉਰਲੇ ਨੂੰ। ਓ ਭਾਈ ਇੱਕ ਮੂਲੀ ਦਾ ਹਿਸਾਬ ਨਹੀਂ ਹੁੰਦਾ, ਤੜੀ ਦਾ। ਆਹੋ ਲੈ ਜਾ ਲੈ ਜਾ। ਮੂਲੀ ਕਿੰਨੇ ਦੀ ਇੱਕ ਆ ਜੀ? ਓ ਇੱਕ ਮੂਲੀ ਨਹੀਂ ਭਾਈ, ਉਧਰ ਦੀ ਜਾ ਕੇ ਇੱਕ ਪੱਟ ਲਾ ਸੀ, ਕੁਛ ਨਹੀਂ ਤੈਨੂੰ ਕਹਿੰਦੇ। ਨਹੀਂ ਛਿਲ ਕੇ ਵੇਚਦੇ ਤੁਸੀਂ ਮੂਲੀਆਂ? ਬਸ ਛਿਲ ਕੇ ਰੇੜੀ ਤੇ ਯਾਰ ਅਸੀਂ ਛਿਲ ਕੇ ਨਹੀਂ ਵੇਚਦੇ, ਅਸੀਂ ਸੁਣੇ ਮੂਲੀ ਜਿਹੜੀ ਆ ਇੱਥੋਂ ਲਿਜਾਈਦੀ ਆਪਣੀਆਂ ਗੱਡੀਆਂ ਤੇ। ਅੱਛਾ। 3 ਮਜ਼ਦੇ ਆਪਣੇ ਕੋਲ ਉਹ ਲਦਾ ਕੇ ਮੰਡੀ ਲਿਜਾਈਦੇ ਆ। ਪੱਲੇਦਾਰ ਤੁਸੀਂ? ਪੱਲੇਦਾਰ ਪੱਲੇਦਾਰ ਨਹੀਂ ਹੈਗੇ, ਅਸੀਂ ਮਾਲਕ ਆ। ਕਾਹਦੇ? ਇਹ ਫਸਲਾਂ ਸਾਡੀਆਂ ਆ, ਜ਼ਮੀਨਾਂ ਸਾਡੀਆਂ ਆ। ਅੱਛਾ। ਉਹ ਪਰਲੇ ਪਾਸੇ ਠੇਕੇ ਤੇ ਲਈਆਂ ਅਸੀਂ। ਅੱਛਾ। ਹਾਂਜੀ। ਉਹ ਕਿਉਂ ਲਈਆਂ ਠੇਕੇ ਤੇ? ਸਾਡੀ ਮਰਜ਼ੀ ਆ, ਸਾਡੇ ਕੋਲ ਪੈਸੇ ਸੀ ਅਸੀਂ ਲੈ ਲਈਆਂ, ਹੁਣ ਦੱਸ ਇਹਦਾ ਕੀ ਕਰੀਏ? ਤੇ ਇਹਨੇ ਮੁੰਡੇ ਨਹੀਂ ਲਈਆਂ? ਹੈ ਇਹਨੇ ਲਈਆਂ ਇੱਥੇ ਫਿਰਨ ਡਿਆ, ਹੋਰ ਇਹਦੇ ਕੁੱਤਾ ਛੱਡਿਆ ਇੱਥੇ,
ਵੀ ਕਿਸੇ ਨੂੰ ਪੈ ਨਾ ਜਾਵੇ ਸੰਗਲੀ ਹੱਥ ਜਾ ਉਹਦੇ ਤੂੰ ਕੀ ਕਰਦਾ ਕੰਮ ਕਿਹੜਾ ਰਾਹ ਜਾਂਦਾ ਕਰਾਚੀ ਨੂੰ ਇਥੋਂ ਹੈ ਕਰਾਚੀ ਨੂੰ ਕਰਾਚੀ ਨਾ ਕਿਹਦਾ ਰੱਖਿਆ ਤੂੰ ਹੈ ਇਹਦੇ ਵਿੱਚੋਂ ਵੀ ਹੋ ਜਾ ਇਦਾਂ ਇਹ ਵਿੱਚੋਂ ਨਹੀਂ ਹਾਂ ਇਹ ਮੁਕਣਾ ਵਾ ਕਮਾਦ ਤੇ ਅੱਗੇ ਕਰਾਚੀ ਹੈ ਅੱਗੇ ਕਰਾਚੀ ਚੱਲ ਜਾ ਕਮਾਦ ਦੇ ਪਰਲੇ ਪਾਸੇ ਆਹੋ ਜੇ ਕੋ ਤੂੰ ਅਗਲਾ ਬੰਦਾ ਮਿਲ ਜਾਏਗਾ ਨਾ ਉਹ ਤੈਨੂੰ ਆਪ ਹੀ ਪਹੁੰਚਾ ਦੇਗਾ ਜਦੋਂ ਤੇਰੇ ਸਿਰ ਦੇ ਵਿੱਚ 5-7 ਇੱਟਾਂ ਮਾਰੇਗਾ ਨਾ ਤੇ ਤੂੰ ਕਰਾਚੀਆਂ ਹੀ ਉੱਠਣਾ ਹੈ ਇੱਥੇ ਬੰਦੇ ਇੱਟਾਂ ਮਾਰਦੇ ਨੇ ਸਿਰ 'ਚ ਓ ਯਾਰ ਜਾ ਸਾਡਾ ਕਾਹਦੇ ਦਿਮਾਗ ਖਾਈ ਜਾਣ ਡਿਆ ਯਾਰ ਇੱਟਾਂ ਦਿਮਾਗ ਖਾਈ ਜਾਣ ਡਿਆ ਸਾਡਾ ਇਹ ਇਹਨਾਂ ਦੇ ਸਿਰ 'ਚ ਇੱਟ ਵੱਜੀ ਸੀ ਜਿਹੜਾ ਵਾਲ ਇਹਨਾਂ ਦੇ ਨਹੀਂ ਰੇਗ ਮਾਲ ਮਾਰਦੇ ਨੇ ਸਿਰ 'ਚ ਓ ਭਰਾਵਾ ਕਿਹੜੀਆਂ ਗੱਲਾਂ ਤੂੰ ਕਰੀ ਜਾਣ ਡਿਆ ਯਾਰ ਰੇਗ ਮਾਲ ਮਾਰਦੇ ਹੋ ਸਿਰ 'ਚ ਜਿਹੜਾ ਤੇਰਾ ਕੱਦ ਨਾ ਤੇਰੇ ਵਰਗੇ ਕੱਦ ਵਰਗੇ ਬੰਦੇ ਨੂੰ ਸਿਰਫ ਬਸੰਤ ਤੇ ਸਾਨੂੰ ਜ਼ਰੂਰਤ ਪੈਂਦੀ ਹੁੰਦੀ ਹੈ ਗੁੱਡੇ ਲੁੱਟਣ ਵਾਸਤੇ ਤੇ ਕਿੱਧਰ ਨੂੰ ਆ ਜੀ ਰਾਹ ਹੁਣ ਕਰਾਚੀ ਦਾ ਸੜਕ ਦੇ ਵਿਚਕਾਰ ਖਲੋ ਜਾ ਹਾਂ ਆਪੇ ਕੋਈ ਗੱਡੀ ਆਏਗੀ ਕਰਾਚੀ ਨਾ ਨਾ ਪਹੁੰਚਿਆ ਅੱਲਾ ਕੋ ਪਹੁੰਚ ਜਾਏਗਾ ਆ ਜਾ ਯਾਰ ਹੋ ਗਈ ਇੱਥੇ ਦਿਮਾਗ ਹੀ ਖਾਈ ਜਾਂਦੇ ਤੁਸੀਂ ਨੇ ਕੰਮ ਕਰੋ ਪੈਨ ਕੌਣ ਕੰਮ ਕਰਨ ਤੁਸੀਂ ਮੈਨੂੰ ਨਾ ਕਿਸੇ ਅਖਬਾਰ ਦੇ ਉੱਤੇ ਨਕਸ਼ਾ ਬਣਾ ਦਿਓ ਇੱਕ ਕਿ ਤੁਸੀਂ ਇਧਰੋਂ ਮੈਂ ਜਾਣਾ ਹੈ ਫਿਰ ਇਧਰ ਨੂੰ ਮੁੜਨਾ ਹੈ ਫਿਰ ਆ ਗਲੀ ਆਏਗੀ ਫਿਰ ਸਕੂਲ ਆਏਗਾ ਐਦਾਂ ਮੈਨੂੰ ਸਮਝਾ ਦਿਓ ਤੁਸੀਂ ਤੇ ਜਿੱਡੀ ਤੈਨੂੰ ਮਾਲੂਮ ਆ ਆ ਜਿਹੜੀ ਹੈ ਨਾ ਇਹਨੇ ਤੇਰਾ ਇੱਥੇ ਗੁੱਟ ਕਰ ਦੇਣਾ ਜਿੰਨੇ ਰਸਤੇ ਆਉਂਦੇ ਆ ਨਾ ਤੂੰ ਐ ਕਰਦੇ ਰਹਿਣਾ ਪੈਸੇ ਕਿੰਨੇ ਕੋਲ ਨਹੀਂ ਪੈਸੇ ਨਹੀਂ ਹੈਗੇ ਹੁਣ ਤੇ ਡਾਕੂ ਪੈ ਕੇ ਵੀ ਸ਼ਰਮਿੰਦਾ ਹੀ ਹੋਣਾ ਯਾਰ ਉਸ ਬੰਦੇ ਨੇ ਨਹੀਂ ਤੂੰ ਕਰਾਚੀ ਪੈਦਲ ਜਾਣਾ ਪਈ ਡਾਕੂ ਵੀ ਇਹਨੂੰ ਪੈ ਗਏ ਕਹਿੰਦੇ ਹੁਣ ਭਰਾਵਾ ਕੋਈ ਕੰਮ ਤੇ ਲੱਗ ਜਾ ਜਿੱਡਾ ਤੇਰਾ ਕੰਮ ਕਿਸ ਤਰ੍ਹਾਂ ਪਹੁੰਚੇਗਾ ਕਰਾਚੀ ਪੈਦਲ ਅਗਰ ਤੁਹਾਡੇ ਕੋਲ ਕੋਈ ਪੈਸੇ ਹੈ ਹੈ ਪੈਸੇ ਕੋਈ ਤੂੰ ਸਕੂਲੋਂ ਛੁੱਟੀ ਨਾ ਕਰੀ ਫਿਰ ਤੈਨੂੰ ਮੈਂ ਦੱਸ ਦਵਾਂ ਹਾਂ ਸਕੂਲੋਂ ਜਾਵੇ ਹੁਣ ਆਸ਼ਰ ਵੱਜ ਗਏ ਆ ਛੁੱਟੀ ਨਾ ਕਰੀ ਤੇਰਾ ਮਾਮਾ ਪੈਸੇ ਦੇਣ ਲੱਗਾ 10000 ਰੁਪਏ ਕੋਈ ਹੈ ਲੈ 10000 ਰੁਪਏ ਯਾਰ ਬੰਦਾ ਕੌਣ ਆ ਸਾਡੇ ਕੋਲ ਵਾਕਫ ਵੀ ਕੋਈ ਨਹੀਂ ਪੈਸੇ ਵੀ ਮੰਗੀ ਜਾਂਦਾ ਸਾਡੇ ਕੋਲ ਕਰਾਚੀ ਕੀ ਕੰਮ ਕੀ ਹੈ ਤੈਨੂੰ ਮੈਂ ਵਾਪਸ ਜਾਣਾ ਹੈ ਆਪਣੇ ਓ ਯਾਰ ਤੂੰ ਵਾਪਸ ਕਰ ਲਿਆ ਯਾਰ ਤੁਹਾਨੂੰ ਕਹਤੇ ਸਾਡਾ ਦਿਮਾਗ ਕਾਈ ਜਾਣਾ ਆਇਆ ਕਦ ਨਹੀਂ ਤੂੰ ਵਾਪਸ ਜਾਣਾ ਸਾਡਾ ਤਾਂ ਤੂੰ ਸਿਰ ਖਾ ਲਿਆ ਭਰਾ ਕਿਹਨੂੰ ਮਿਲਣ ਆਇਆ ਤੂੰ ਕਿਹਨੂੰ ਇੱਥੇ ਇੱਥੇ ਮੈਂ ਆਇਆ ਸੀਗਾ ਇੱਕ ਦੋਸਤ ਸੀ ਮੇਰਾ ਮਿਲਿਆ ਤੈਨੂੰ ਉਹ ਨਹੀਂ ਤੇ ਤੂੰ ਹੁਣ ਜਾ ਸਾਨੂੰ ਸਾਡਾ ਤਾਂ ਵਾਕਫ ਵੀ ਨਹੀਂ ਤੂੰ ਸਾਡਾ ਕਹਿੰਦਾ ਦਿਮਾਗ ਖਾਈ ਜਾਣ ਡਿਆ ਤੂੰ 9000 ਰੁਪਏ ਕਰ ਦਿਓ 9000 ਤੈਨੂੰ ਕਿਉਂ ਕਰਦੇ ਤੇ ਕੋਈ ਯਾਰ ਅਸੀਂ ਫ੍ਰਿਜ ਲਈਏ ਵੀ ਬਕਾਇਆ ਰਹਿੰਦੇ ਤੇ ਦੇਣੇ ਆ ਵੀ ਤੇ ਕੋਈ ਵਾਸ਼ਿੰਗ ਮਸ਼ੀਨ ਲਈ ਅਸੀਂ ਇਹਨੇ ਅੰਜ ਨਹੀਂ ਹਟਣਾ ਤੈਨੂੰ 9000 ਦੇ ਦਈਏ ਤੂੰ ਕਰਾਚੀ ਜਾਣਾ ਹੈ ਮੁੜ ਕੇ ਸਾਨੂੰ ਮਿਲਣਾ ਹੀ ਨਹੀਂ 5000 ਰੁਪਏ 5000 ਉਹਨੂੰ ਤਾਂ ਕੋਈ 200 ਨਹੀਂ ਯਾਰ ਇਕੱਠਾ ਬਣਾਉਂਦੇ ਤੁਹਾਡੇ ਨਾਲ ਮੇਰੀ 10000 ਦੀ ਗੱਲ ਆ ਉਹਦੇ ਨਾਲ 5000 ਓਏ ਆ 5000 ਉਹ ਕੋ ਨਹੀਂ ਹੈਗਾ ਭਾਜੀ ਨਹੀਂ ਨਹੀਂ ਮੈਂ ਤੁਹਾਡੀ ਮੇਰੀ 10000 ਦੀ ਗੱਲ ਆ ਨਾ ਉਹ ਮੇਰੇ ਉਹਦਾ ਮਾਮਲਾ ਹੈ ਸਾਡੀ ਦੋਸਤੀ ਹੈ ਉਹ ਮੈਨੂੰ ਦੇਵੇ ਨਾ ਦੇ ਇਹਨੂੰ 200 ਨਹੀਂ ਕੋ ਫੜਾਉਂਦਾ ਹੈ ਮੈਂ ਕਦੇ ਕੀ ਆਪਣੀ ਦੋਸਤੀ ਛੀ ਮੈਂ ਮਾਰ ਟੱਕਰੇ ਦੇ ਜਾ ਲੈ ਮੈਂ ਟੱਕਰ ਮਾਰਾਂ ਤੇ ਅਗਲੇ ਤੇ ਸੰਗ ਚ ਵੱਜਣੀ ਹੈ ਤੇ ਘਰ ਆਪਣਾ ਕਿੱਥੇ ਹੈ ਓ ਯਾਰ ਤੂੰ ਲੁੱਟਣਾ ਸਾਨੂੰ ਕਿਹੜੀ ਮਾਲੂਮਾਤ ਲੈਣ ਡਿਆ ਓਏ ਅੱਜ ਕੱਲ ਬੜੇ ਫਰਾਡੀਏ ਬੰਦੇ ਆਂਡਾ ਇਹ ਤੋਂ ਜਾਣ ਛੜਾ ਇਹ ਸਾਰੀ ਮਾਲੂਮਾਤ ਲੈਣ ਡੇ 8500 ਕਿਹਦੇ ਕੋ ਮੇਰੇ ਕੋ 8500 ਰੁਪਇਆ ਨਾ 200 ਨਾ 300 8.5 ਮੰਗਦਾ ਓਏ ਮੈਨੂੰ ਵੈਸੇ ਰਿਆਇਸ਼ ਕਿੱਥੇ ਆਪਣੀ ਜੀ ਰਿਆਇਸ਼ ਕੀ ਗੱਲ ਹੈ ਤੂੰ ਯਾਰ ਤੂੰ ਰਿਆਇਸ਼ ਛੱਡ ਨੂੰ ਕੀ ਕਰਨਾ ਹੈ ਨਹੀਂ ਮੈਂ ਕਿਹਾ ਅੱਜ ਦੀ ਰਾਤ ਮੈਂ ਤੇਰਾ ਤੁਹਾਡੇ ਕੋ ਮਹਿਮਾਨ ਅੱਜ ਦੀ ਰਾਤ ਓਏ ਇਹਨੂੰ ਮੰਜੀ ਕੱਢ ਦੇ ਤੇ ਮੱਝਾਂ ਰੱਖੀਆਂ ਤੁਸੀਂ ਮੱਝਾਂ ਰੱਖੀਆਂ ਅਸੀਂ ਮੱਝਾਂ ਨਾਲ ਦੱਸੀ ਹੋਏ ਇਦਾਂ ਦਾ ਖੋਲ ਕੇ ਲੈ ਜਾਂਦਾ ਹੁੰਦਾ ਤੇ ਮੱਖਣ ਹਾਂਜੀ ਘਿਓ ਮੱਖਣ ਹੈਗਾ ਜੀ ਆਪਣੇ ਘਰ ਰੋਟੀ ਚੋਪੜ ਕੇ ਖਵਾਉਣੀ ਮੈਨੂੰ ਚੋਪੜ ਕੇ ਕਿਉਂ ਖਵਾਉਣੀ ਆ ਭਰਾ ਤੂੰ ਸਾਡਾ ਕੀ ਲੱਗਦਾ ਆ ਤੂੰ ਤੇ ਐਂ ਜਿਹਾ ਜਿਵੇਂ ਮੱਖਣ ਹੈਗਾ ਨਹੀਂ ਮੱਖਣ ਘਿਓ ਇਹ ਤੈਨੂੰ ਇੰਨਾ ਕੁਝ ਦੇਣ ਤੂੰ ਇਹਨਾਂ ਦਾ ਜਵਾਈ ਆ ਕਿਉਂ ਸਾਡਾ ਜਵਾਈ ਕਿਉਂ ਹੋਵੇ ਹੈ ਜਵਾਈ ਹੋਵੇ ਤੁਹਾਡਾ ਚਲੋ ਭਾਂਤ ਨਹੀਂ ਤੁਹਾਡਾ ਜਵਾਈ ਹੋਵੇ ਉਹ ਯਾਰ ਸਾਡਾ ਤੇ ਲੱਗਦਾ ਹੀ ਨਹੀਂ ਜਵਾਈ ਜਿੱਡਾ ਇਹਦਾ ਕਾਦਾ ਤੁਹਾਡਾ ਹੀ ਲੱਗਦਾ ਸਾਡੇ ਕੋਲ ਤੁਹਾਡਾ ਲੱਗਦਾ ਆ ਤੁਹਾਡੇ ਦੀ ਸਮਾਂ ਇਹ ਤੈਨੂੰ ਪਤਾ ਹੀ ਨਹੀਂ ਕੀ ਲੱਗਣਾ ਹੈ ਸਿਰ ਸਾਂਭ ਕਿਹੜਾ ਰਾਹ ਜਾਂਦਾ ਜੀ ਕਰਾਚੀ ਨੂੰ ਉਹ ਜਾ ਯਾਰ ਤੇ ਰਾਹ ਜਾਂਦਾ ਜਾ ਤੂੰ ਕੈਸਾ ਬੰਨਾ ਤੂੰ ਸਾਨੂੰ ਆਪਸ ਚ ਲੜਾ ਲੜਾ ਰਹਿਣਾ ਤੂੰ ਸਾਨੂੰ ਆਪਸ ਚ ਲੜਾ ਦੇਣਾ ਆ ਰਾਹ 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 ਇਧਰੋਂ ਮੈਂ ਕਿੱਧਰ ਹੋਵਾਂ ਪਹਿਲਾਂ ਇਧਰੋਂ ਹੋ ਜਾ ਇਧਰੋਂ ਸਿੱਧਾ ਹੋ ਕੇ ਨਾ ਉਹ ਸਾਹਮਣੇ ਦਰਖਤਾਂ ਉਹਦੇ ਵਿੱਚ ਸਿਰ ਮਾਰ ਉਹਦੇ ਵਿੱਚ ਸਿਰ ਮਾਰ ਕਿਤੇ ਤੈਨੂੰ ਆ ਕੇ ਲੈ ਜਾਣ ਤੁਸੀਂ ਜਜ਼ਬਾਤੀ ਕਿਉਂ ਹੋ ਰਹੇ ਹੋ ਜਜ਼ਬਾਤੀ ਸਾਡਾ ਦਿਮਾਗ ਖਾਦਾ ਆ ਅਸੀਂ ਆਪਣਾ ਮਾਲ ਲੈ ਕੇ ਜਾਣਾ ਮੁੰਡੇ ਲੱਗੇ ਆ ਉਧਰੋਂ ਰਾਹ ਕਿਹੜਾ ਜਾਂਦਾ ਜੀ ਚੱਲ ਕੋਈ ਨਹੀਂ ਛੀ ਮੈਂ ਮੁਸਾਫਰ ਆਦਮੀ ਆ ਪਿਆਰ ਨਾਲ ਗੱਲ ਕਰ ਪਿਆਰ ਨਾਲ ਗੱਲ ਕਰੋ ਤੁਸੀਂ ਤੇ ਕੀ ਆਪਣਾ ਮਾਮਲਾ ਹੈ ਤਨਖਾਹ ਕਿੰਨੀ ਤੁਹਾਡੀ ਜੀ ਉਹ ਭਰਾਵਾ ਸਾਡਾ ਆਪਣਾ ਮਾਲ ਆ ਆਪਣਾ ਆਪਣੀਆਂ ਸਾਡੀਆਂ ਫਸਲਾਂ ਆ ਕਿੱਥੇ ਮਾਲ ਤੁਹਾਡਾ ਆ ਮਾਲ ਲੱਗਾ ਆ ਹੋਰ ਆ ਕੀ ਆ ਕੱਪੜੇ ਸੁਕੜੇ ਪਾਏ ਆ ਕੀ ਆ ਲੰਡਾ ਲਾਇਆ ਵੀ ਆ ਸੈਂਡਲ ਲੱਗੇ ਆ ਜੋਗਰ ਲੱਗੇ ਆ ਇਹ ਨਹੀਂ ਇਹ ਤਾਂ ਘਾਸ ਹੈ ਓ ਭਾਈ ਉਹ ਖੋਤੇ ਇਹ ਘਾਸ ਨਹੀਂ ਹੈ ਇਹ ਮੂਲੀਆਂ ਹੈ ਉਹ ਪਰੇ ਗੋਭੀ ਹੈ ਇਹ ਕੱਦੂ ਹੈ ਔਰ ਇਹ ਡੱਡੂ ਹੈ ਇਹ ਕੱਦੂ ਹੈ ਓ ਭਾਈ ਆ ਕੱਦੂ ਆ ਅੱਛਾ ਸਹੀ ਹੈ ਤੇ ਕਿੱਧਰ ਦੀ ਮੈਂ ਨਿਕਲਾਂ ਜੀ ਹੁਣ ਹੈ ਓ ਯਾਰ ਤੇਰੀ ਮਿਹਰਬਾਨੀ ਤੂੰ ਇੱਥੋਂ ਨਿਕਲ ਜਾ ਤੈਨੂੰ ਅੱਲਾ ਦਾ ਵਾਸਤਾ ਹੀ ਕੌਣ ਆ ਤੂੰ ਸਾਡੇ ਦਿਮਾਗ 'ਚੋਂ ਨਿਕਲ ਜਾ ਓ ਜਿੱਡਾ ਤੇਰਾ ਘਰ ਜਾ ਕਿਤੇ ਰੋਡ ਤੇ ਬੱਸਾਂ ਲੁੱਟ ਤੂੰ ਸਾਡੇ ਦਿਮਾਗ ਲੁੱਟਣ ਡਏ ਆ ਤੂੰ
असल में दोनों आप ना बेवकूफ किस्म के आदमी हैं। हां जी हां जी बेवकूफ हां जी प्रोफेसर साहब साडा केस तू कचहरी लड़दा है तू एडा समझदार सी तेरा चैंबर है उथे बड़े है बेवकूफ असल में मेनू अंदाजा हुंदा ना कि दो घटिया लोगों के साथ मेरी बात होने जा रही है तो मैं आपके पास कभी भी ना रुकता है मुझे अंदाजा नहीं था इस बात का एडा इब्रार लक लगन पता नी तेरी कोई सुख सी तू कराची मैं अज तक बंदा नहीं वेखिया यार इन्हें पता नी नड़ वाले चौक का ना कराची रखे है पागल है पागल कराची मेनू ए खराब लगता भाई भाई हाँ चौबी बाकी सारी बातें छोड़े आप तो उर्दू छड़ दे उर्दू ना नहीं तेरे मुँह चंगी लगती मैंने सिर्फ तुसी इन्नी गल दस दियो बाकी मैं जड़ी गलती कुताई की है उदी माजरत कराची नू भला राह केड़ा जांदा है इत्थों ओ एदा कराची लैके बह गया सानू ओ सानू ओ भरावा आ वे ओ यार तू आया कराची इत्थे की लैण जो तेन राह नहीं पता चाचा जी आप बताए यार मैं कराची कि दसा भी वेला ही होना छोड़े ला आ जाए चले हम दोनों चलते चल जा भी तेरी लकड़ की लत भी एक लत तेरी छोटी है तू ए कर दे जाना है छड़े हम जा ते तू छड़े तू सिर भरने जाना भाई छड़िया वेला ही होना इतने एडा हमदर्द है तेन तू छड़िया डैडी मुझे मेरे कहते थे छड़ दे भरावा उर्दू तो बोलते जिन्हें सारे अमरीका हो तेरे मैं लगता भी किसी जेल चा किन्ने बच्चे ने थोड़े जी बच्चे चुकने वाला तो नहीं है घर का ड्रैस ना दमी कौन है भाई घर का ड्रैस ना दमी मेरे नाल तुसी किसी किस्म का ताबू नहीं करना ते पिछले डेढ़ घंटे तो क्यों मैंने इतों अपने को खड़ा रखे डेढ़ घंटे तो असी तेन अपने को खड़ा किया है होर कहने खड़ा किया असी तो तेरे वाक भी नहीं भाई तू सी उत खलोते हैं मान लो आने मुंडे असं बुला गड्डिया लगे तू सू गला कर दे कराची आ मैं उत पैदल आया है मेरा उत कोई इतने आ बंदे तू सू आ रहे ला के असी तेन लाया मैंने कहा नहीं मेरे को 10,000 रुपया ला ला तू तो चला जा कराची और तेन किस कुत्ते बंद ने कहा है मेरे को 10,000 आ 10,000 होंगे तो फिर इतने खलोना सी पागल लोग एडा तू कि बहुता पढ़िया लिखिया पेंडू शेंडू गल्ला कर तू बहुत तू तू इन गल करी जान डेगा तो हक मन मैं लंघन डे मैं आराम लंघन दो मैंने कह दो सानू नहीं पता गल खत्म यार असि तेरे कदों पानी पाता है क्यों गल इन तू कर रहा मैं भाजी तेरे ना गल सू बार बार कराची का कही आने सर असि तो सू कोई गल ही नहीं की कदी तेरा पता नहीं जेनी तवाजन खराब है कदी उर्दू बोलन लग पा कदी तू सुल्तान ही बन जाना सुल्तान रही बन जाना पागल लोग पेंडू पागल पागल नहीं तेन पिछे यार तेरा कुछ देना है मैं थानू की पूछा अद हो गई है यही पूछया ना तुम मैं कराची जाना है खाली ले फिर तेरे कद ते क्या काम कर जाके भाई पागल लोग पागल तू पागल मेरा कट काम कर जाके तेरिया बहुत सुनियारे दुकाना है तू दे बुलाया इन हो यार मैं तो बुलाया नहीं आके कड़मा सपाता तेन पूछी फिर आ गया छीमे फिर आ गया